ਗੁਰਮੀਤ ਸਿੰਘ ਮੇਰਾ ਨਾਮ ਆ, ਜ਼ਿਲ੍ਹਾ ਕਪੂਰਥਲਾ ਆ, ਪਿੰਡ ਡੋਗਰਾਂ ਵਾਲੇ ਆ। ਅਤੇ ਭਾਅ ਜੀ ਇੱਦਾਂ ਗੱਲ ਹੋਈ ਕਿ ਮੈਨੂੰ ਸਾਨੂੰ ਦੋ ਮੁੰਡਿਆਂ ਨੂੰ ਭੇਜਿਆ ਗਿਆ ਬਾਹਰ ਓਮਾਨ, ਓਮਾਨ ਤੋਂ ਸਾਨੂੰ ਭੇਜਿਆ ਗਿਆ ਮੋਰੋਕੋ, ਮੋਰੋਕੋ ਤੋਂ ਸਾਡੀ ਗੱਲ ਹੋਈ ਸੀਗੀ 6 ਤੋਂ 7 ਦਿਨ ਦੇ ਵਿੱਚ ਸਾਨੂੰ ਯੂਰਪ ਪਹੁੰਚਾਵਾਂਗੇ, ਸਪੇਨ ਪਹੁੰਚਾਵਾਂਗੇ। ਉੱਥੇ ਅਸੀਂ 1 ਮਹੀਨਾ ਪੂਰਾ ਰਹੇ ਹਾਂ ਮੋਰੋਕੋ, ਉਹਨੇ ਸਾਨੂੰ ਨਹੀਂ ਪਹੁੰਚਾਇਆ। ਫਿਰ ਵਾਪਸ ਸਾਨੂੰ ਉਹਨੇ ਲੈ ਆਂਦਾ ਰਸ਼ੀਆ, ਰਸ਼ੀਆ ਤੋਂ ਫਿਰ ਸਾਨੂੰ ਉਹਨੇ ਭੇਜ ਦਿੱਤਾ ਬੈਲਾਰੂਸ। ਬੈਲਾਰੂਸ ਸਾਨੂੰ ਨਹੀਂ ਪਤਾ ਸੀਗਾ ਕਿੱਦਾਂ ਇਹਨੇ ਕੱਢਣਾ ਅੱਗੇ ਕਿੱਦਾਂ ਨਹੀਂ। ਸਾਡੀ ਗੱਲ ਹੋਈ ਸੀਗੀ ਟੈਕਸੀ ਦੀ ਜਾਂ ਟਰਾਲੇ ਦੀ, ਸਾਨੂੰ ਨਹੀਂ ਭੇਜਿਆ ਗਿਆ ਟਰਾਲੇ 'ਚ, ਨਾ ਭੇਜਿਆ ਗਿਆ ਟੈਕਸੀ 'ਚ। ਸਾਨੂੰ 100 ਤੋਂ 50 ਕਿਲੋਮੀਟਰ ਦੇ ਵਿੱਚ ਟੈਕਸੀ ਲੈ ਗਈ ਆ, ਫਿਰ ਜੰਗਲ 'ਚ ਛੱਡਤਾ। ਜੰਗਲ 'ਤੇ ਅਸੀਂ 200-250 ਕਿਲੋਮੀਟਰ ਤੁਰ ਕੇ ਗਏ ਪੋਲੈਂਡ, ਪੋਲੈਂਡ ਦੀ ਆਰਮੀ ਨੇ ਸਾਨੂੰ ਫੜ ਲਿਆ। ਉਹਨਾਂ ਫਿਰ ਸਾਨੂੰ 250-250 ਕਿਲੋਮੀਟਰ ਜੰਗਲ ਦੇ ਵਿੱਚ ਸਿੱਟਿਆ, ਜਿੱਥੋਂ ਕਿ ਅਸੀਂ ਨਿਕਲ ਨਹੀਂ ਸਕਦੇ ਸੀ। ਅਸੀਂ ਬਹੁਤ ਮੁਸ਼ਕਲ ਨਾਲ ਉੱਥੋਂ ਨਿਕਲੇ, 5-6 ਦਿਨ ਬਾਅਦ ਨਿਕਲੇ ਅਤੇ ਸਾਨੂੰ ਬਾਹਰ ਲੈ ਕੇ ਅਸੀਂ ਰੋਡ 'ਤੇ ਗਏ ਅਤੇ ਸਾਨੂੰ ਜਿਹੜਾ ਏਜੰਟ ਸੀਗਾ ਉਹਦਾ ਬੰਦਾ ਸੀਗਾ, ਉਹਨੇ ਕਿਹਾ ਕਿ ਤੁਹਾਨੂੰ ਅਸੀਂ ਰੂਮ 'ਚ ਲੈ ਕੇ ਚੱਲੇ ਹਾਂ। ਪਰ ਉੱਥੋਂ ਬਿਠਾ ਕੇ ਸਾਨੂੰ ਫਿਰ ਜੰਗਲ 'ਚ ਲਾਇਆ, ਕਹਿੰਦੇ ਦੁਬਾਰਾ ਫਿਰ ਡੌਂਕੀ ਲਾਓ। ਫਿਰ ਅਸੀਂ ਭੁੱਖੇ ਧਿਆਏ, ਸਾਡੇ ਕੋਲ ਕੁਛ ਖਾਣ ਨੂੰ ਨਹੀਂ ਸੀਗਾ, ਅਤੇ ਅਸੀਂ ਫਿਰ ਡੌਂਕੀ ਨੂੰ ਸਾਨੂੰ ਲੈ ਗਏ ਆ, ਧੱਕੇ ਨਾਲ ਲੈ ਕੇ ਗਿਆ ਜ਼ਬਰਦਸਤ। ਅਸੀਂ ਉੱਥੋਂ ਫਿਰ 5-6 ਦਿਨ ਫਿਰ ਤੋਰ ਕੇ, ਕਦੇ ਲਤਵੀਆ, ਕਦੇ ਫਿਰ ਆਪਣੇ ਪੋਲੈਂਡ, ਕਦੇ ਲਤੀਵੀਆ, ਜੰਗਲ 'ਚ ਘੁੰਮਦੇ ਰਹੇ। ਇੱਦਾਂ ਹੀ ਆਰਮੀ ਫੜ ਲੈਂਦੀ ਸੀ, ਪਿੱਛੇ ਸਿੱਟ ਦਿੰਦੀ ਸੀ, ਫਿਰ ਜਾਂਦੇ ਸੀ, ਫਿਰ ਸਿੱਟ ਦਿੰਦੇ ਸੀ। ਜਿਹੜੇ ਡੌਂਕਰ ਸੀਗੇ ਉਹ ਸਾਨੂੰ ਧੱਕੇ ਨਾਲ ਲੈ ਕੇ ਜਾਂਦੇ ਸੀ। ਫਿਰ ਸਾਨੂੰ 9 ਦਿਨ ਜੰਗਲ 'ਚ ਕੱਟੇ ਆ, 10ਵੇਂ ਦਿਨ ਸਾਨੂੰ ਰੂਮ 'ਚ ਚੱਲ ਗਏ ਲੈ ਗਏ। ਉਸ ਤੋਂ ਬਾਅਦ 'ਚ ਫਿਰ 2 ਕੁ ਦਿਨ ਰੂਮ 'ਚ ਰਹੇ, 3ਜੇ ਦਿਨ ਸਾਨੂੰ ਰਸ਼ੀਆ ਲੈ ਜਾਂਦਾ ਗਿਆ। ਰਸ਼ੀਆ ਤੋਂ ਫਿਰ ਸਾਨੂੰ ਕਹਿੰਦੇ ਕਿ ਤੁਹਾਨੂੰ ਫਿਨਲੈਂਡ ਪਹੁੰਚਾਉਣਾ ਆ ਬਾਰਡਰ 'ਤੇ। ਅਸੀਂ ਪਹਿਲਾਂ 1 ਵਾਰੀ ਗਏ, 2 ਦਿਨ ਅਸੀਂ ਬਿਨਾਂ ਕੁਛ ਖਾਧੇ ਪੀਤੇ ਤੋਂ ਉੱਥੇ ਫਿਨਲੈਂਡ ਦੇ ਬਾਰਡਰ 'ਤੇ ਰਹੇ ਹਾਂ। ਤਿੰਨ ਫੁੱਟ ਘੱਟੋ ਘੱਟ ਵੀ ਬਰਫ਼ ਪਈ ਸੀਗੀ ਥੱਲੇ, ਦੇ ਉੱਪਰੋਂ 24 ਘੰਟੇ ਬਰਫ਼ ਪੈਂਦੀ ਸੀਗੀ। ਅਸੀਂ ਬਹੁਤ ਹੀ ਠੰਡ ਨਾਲ ਉੱਥੇ ਦਿਨ ਕੱਟੇ 2। ਫਿਰ ਉਸ ਤੋਂ ਬਾਅਦ 'ਚ ਅਸੀਂ ਸੈਂਟ ਪੀਟਰ ਸ਼ਹਿਰ ਆ ਰਸ਼ੀਆ ਦਾ, ਉੱਥੇ ਚੱਲ ਗਏ। ਉੱਥੋਂ ਕਹਿੰਦੇ ਕਿ ਤੁਸੀਂ ਫੇਰ ਹੁਣ ਜਾਓ, ਤੁਹਾਡਾ ਹੀ ਫੇਰ ਲਵਾਉਣੀ ਹੈ ਡੌਂਕੀ। ਸਹੀ ਤਰੀਕੇ ਨਾਲ ਸਾਡੀ ਪੂਰੀ ਗੱਲਬਾਤ ਆ, ਸੈਟਿੰਗ ਆ, ਪਰ ਉਹਨਾਂ ਦੀ ਕੋਈ ਸੈਟਿੰਗ ਨਹੀਂ ਸੀਗੀ। ਜਦੋਂ ਸਾਨੂੰ ਲੈ ਗਏ ਫਿਨਲੈਂਡ ਦੇ ਬਾਰਡਰ 'ਤੇ, ਉੱਥੇ ਆਰਮੀ ਨੇ ਸਾਨੂੰ ਵਾਪਸ ਭੇਜਤਾ। ਵਾਪਸ ਅਸੀਂ 25-30 ਕਿਲੋਮੀਟਰ ਆਏ ਹਾਂ ਅਤੇ ਡਰਾਈਵਰ ਨੇ ਸਾਡੇ ਨਾਲ ਜ਼ਬਰਦਸਤ ਕੀਤਾ, ਸਾਡੇ ਪਾਸਪੋਰਟ ਉਹਨੇ ਪੁਲਿਸ ਵਾਲਿਆਂ ਤੋਂ ਲੈ ਲਏ। ਸਾਨੂੰ ਕਹਿੰਦਾ ਕਿ ਤੁਹਾਨੂੰ ਹੋਟਲ 'ਚ ਛੱਡਣਾ, ਦੂਜੀ ਟੈਕਸੀ ਆਊਗੀ ਉਹ ਚੱਕੂਗੀ। ਪਰ ਦੂਜੀ ਟੈਕਸੀ ਨਹੀਂ ਆਈ, ਉੱਥੇ ਪੁਲਿਸ ਨੇ ਸਾਨੂੰ ਫੜ ਲਿਆ। ਪੁਲਿਸ ਫੜ ਕੇ ਸਾਨੂੰ ਲੈ ਗਈ ਥਾਣੇ 'ਚ, ਥਾਣੇ ਤੋਂ ਸਾਨੂੰ ਜੇਲ੍ਹ ਭੇਜਿਆ ਗਿਆ ਆ। ਜੇਲ੍ਹ 'ਚ ਬਹੁਤ ਹੀ ਮੰਦਾ ਹਾਲ ਸਾਡਾ ਹੋਇਆ 15 ਦਿਨ। ਸਾਡੀ ਘਰ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਨੇ, ਉਹਦੀ ਵਜ੍ਹਾ ਕਰਕੇ ਅੱਜ ਅਸੀਂ ਪੰਜਾਬ ਆਏ ਹਾਂ, ਨਹੀਂ ਤਾਂ ਸਾਡੇ ਨਾਲ ਪਤਾ ਨਹੀਂ ਕੀ ਹੋਣਾ। ਹੋ ਸਕਦਾ ਸਾਡੇ ਜੋ ਕੋਈ 1-2 ਬੰਦੇ ਆ ਜੀ ਡੈਥ ਵੀ ਹੋ ਜਾਣੀ। ਕੁੱਲ ਅਸੀਂ 6 ਮੁੰਡੇ ਵਾਪਸੀ ਆਏ ਹਾਂ ਅਤੇ ਉੱਥੇ ਹੋਰ ਬਹੁਤ ਹੀ ਮਤਲਬ ਵੱਖ ਵੱਖ ਕੰਟਰੀਆਂ ਦੇ ਬੰਦੇ ਫਸੇ ਆ, ਬਹੁਤ ਹੀ ਰੋਂਦੇ ਆ। ਕਈਆਂ ਦੀਆਂ ਲੱਤਾਂ ਖਰਾਬ ਹੋਈਆਂ ਅੰਦਰ, ਕਈਆਂ ਦੀਆਂ ਬਾਹਾਂ ਖਰਾਬ ਹੋਈਆਂ ਅੰਦਰ। ਅਸੀਂ ਨੌਜਵਾਨ ਵੀਰਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ, ਕੋਈ ਵੀ ਬੰਦਾ 2 ਨੰਬਰ 'ਚ ਨਾ ਜਾਵੇ, ਡੌਂਕੀ 'ਚ ਲਾ ਕੇ ਨਾ ਜਾਵੇ, ਖਾਸ ਕਰਕੇ ਬੈਲਾਰੂਸ ਦੀ ਡੌਂਕੀ ਨਾ ਲਾਵੇ। ਸਾਡੇ ਸਾਹਮਣੇ ਸਾਡੇ ਨਾਲ ਗਏ ਸੀਗੇ, ਅਸੀਂ 22 ਜਣੇ ਗਏ ਸੀਗੇ, ਉਹਨਾਂ 'ਚੋਂ 2 ਮੁੰਡੇ ਮਰ ਗਏ ਆ ਜਿਨ੍ਹਾਂ ਦੀ ਡੈਥ ਹੋਈ ਸੀਗੀ। ਸਾਡਾ ਕਪੂਰਥਲੇ ਜ਼ਿਲ੍ਹੇ ਦਾ ਏਜੰਟ ਆ।